دندات بندن انتبار سرب بلا سمرت سرب بلا سمرت نہیں مرتا
Jangan
जन आवन का यह सुहाओ जन के संग चित आवे नाओ आप मुक्त को मुक्त करे संसार नानक इस जन को सदा नमस्कार उस जन को सदा ही नमस्कार है सो जिसने जिन सतगुरु ने पूरा आराध्या सो जिसने ध्याया है उसने जिन नानक सतगुरु पूजिया पूजिया है तन करके मन करके धन करके गुरु का हुक्म मनिया है तिन हर पूज करावा ते सतगुरु सच्चे पातशाह जी कहंदे ते सतगुरु सच्चे पातशाह जी फिर उस सिख दी पूजा करवांदे ने सो साहिब श्री गुरु नानक देव जी महाराज करतारपुर साहिब विखे सुबार एक दरख्त दे हेठ बैठे बैठे सन ते नाल भाई बाला जी ने सामने एक छोटा बालक बकरियां चार रहा है ते सतगुरां दी नजर होई सो उस बच्चे दे भाग जागने ने अज उस बालक दे सो पिछले जन्मा की पता नहीं किन्नी कमाई है किन्ने एक जन्मा की बंदगी है तप है ताकि उस परमेश्वर वाहिगुरु की नजर होंगी है जिन मस्तक को रहा लिखिया इन्हें मिलिया सतगुर राम राजे सो भाई बाला जी ने कहा सतगुरु सच्चे पातशाह जी ने कि और जरा सामने बालक है बकरियां चार रहा है सो उसनों मेरे पास बुलाओ तो भाई बाला जी उस बालक के पास गए तो बालक ने कहा कि और मेरे सामने तगा जी बैठे हैं सो साहिब श्री गुरु नानक देव जी महाराज जी ने भाई बाला जी इस तरह तगा जी कह के संबोधन कर रहे सन सो और मेरे सामने तगा जी बैठे हैं वो तुहानू बुला रहे ने ਤੁਹਾਡੇ ਨਾਲ ਉਹਨਾਂ ਨੇ ਕੋਈ ਵਚਨ ਕਰਨੇ ਹਨ ਤੇ ਉਹ ਬਾਲਕ ਸਤਿਗੁਰਾਂ ਦੇ ਪਾਸ ਆ ਗਿਆ ਤੇ ਉਸ ਬਾਲਕ ਨੇ ਸਤਿਗੁਰਾਂ ਨੂੰ ਦੋਵੇਂ ਹੱਥ ਜੋੜ ਕੇ ਬਹੁਤ ਹੀ ਪਿਆਰ ਦੇ ਨਾਲ ਸਤਿਕਾਰ ਦੇ ਨਾਲ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਨਮਸਕਾਰ ਕੀਤੀ ਤੇ ਖੜਾ ਹੋ ਗਿਆ ਹੱਥ ਜੋੜ ਲਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਤੇਰਾ ਨਾਮ ਕੀ ਹੈ ਤੇਰਾ ਨਗਰ ਕਿਹੜਾ ਹੈ ਤੇਰੇ ਪਿਤਾ ਦਾ ਕੀ ਨਾਮ ਹੈ ਤੇ ਇਹ ਜਿਹੜੀਆਂ ਤੂੰ ਬੱਕਰੀਆਂ ਚਾਰ ਰਿਹਾ ਹੈ ਇਹ ਤੁਹਾਡੀਆਂ ਆਪਣੀਆਂ ਨੇ ਇੱਕ ਪਰਾਈਆਂ ਨੇ ਤੇ ਉਸ ਬਾਲਕ ਨੇ ਸਤਿਗੁਰਾਂ ਨੂੰ ਕਿਹਾ ਕਿ ਮੇਰਾ ਨਾਮ ਬੂੜਾ ਹੈ ਸੋ ਇਹ ਬ੍ਰਹਮ ਗਿਆਨੀ ਧੰਨ ਧੰਨ ਬਾਬਾ ਬੁੱਢਾ ਜੀ ਨੇ ਬਾਲਕ ਰੂਪ ਦੇ ਵਿੱਚ ਸੋ ਜਿਨ੍ਹਾਂ ਦਾ ਨਾਮ ਲੈਣ ਨਾਲ ਰਸਨਾ ਪਵਿੱਤਰ ਹੋ ਜਾਂਦੀ ਹੈ ਸੋ ਕਹਿਣ ਲੱਗੇ ਉਸ ਬਾਲਕ ਨੇ ਕਿਹਾ ਕਿ ਮੇਰਾ ਨਾਮ ਬੁੱਢਾ ਹੈ ਮੇਰੇ ਘਰਦਿਆਂ ਨੇ ਮੇਰਾ ਨਾਮ ਬੁੱਢਾ ਰੱਖਿਆ ਹੈ ਸੋ ਮੇਰੇ ਪਿਤਾ ਜੀ ਸੁੱਕੇ ਰੰਧਾਵੇ ਸੁੱਕਾ ਉਹਨਾਂ ਦਾ ਨਾਮ ਹੈ ਸੋ ਰੰਧਾਵਾ ਗੁਰਤ ਹੈ ਤੇ ਸਾਡਾ ਨਗਰ ਜਿਹੜਾ ਉਹ ਸਾਹਮਣੇ ਰਮਦਾਸ ਨਗਰ ਹੈ ਅਸੀਂ ਉੱਥੇ ਰਹਿੰਦੇ ਹਾਂ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਠੀਕ ਹੈ ਫਿਰ ਜਾਓ ਆਪਣੀਆਂ ਬੱਕਰੀਆਂ ਸੰਭਾਲੋ ਤੇ ਉਸ ਬੱਚੇ ਦੇ ਉਸ ਬਾਲਕ ਦੇ ਮਨ ਦੇ ਵਿੱਚ ਸ਼ੰਕਾ ਪੈਦਾ ਹੋਇਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗਿਆ ਕਿ ਪਹਿਲਾਂ ਤਾਂ ਤੁਸੀਂ ਮੈਨੂੰ ਆਪਣੇ ਪਾਸ ਬੁਲਾ ਲਿਆ ਹੈ ਮੇਰਾ ਨਾਮ ਪੁੱਛ ਕੇ ਮੇਰਾ ਪਤਾ ਪੁੱਛ ਕੇ ਤੇ ਹੁਣ ਮੈਨੂੰ ਵਾਪਸ ਭੇਜ ਰਹੇ ਹੋ ਕੋਈ ਕੰਮ ਵੀ ਨਹੀਂ ਦੱਸਿਆ ਕੋਈ ਸੇਵਾ ਵੀ ਨਹੀਂ ਦੱਸੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਜੇ ਤੈਨੂੰ ਅਸੀਂ ਬੁਲਾ ਲਿਆ ਤੇ ਇਸ ਦੇ ਵਿੱਚ ਫਿਰ ਗੁਨਾਹ ਕੀ ਹੋ ਗਿਆ ਅਪਰਾਧ ਕੀ ਹੋ ਗਿਆ ਅਸੀਂ ਤੇਰਾ ਪਤਾ ਪੁੱਛ ਲਿਆ ਤੇਰਾ ਨਾਮ ਪੁੱਛ ਲਿਆ
ਜੇ ਕਿਸੇ ਨੂੰ ਬੁਲਾਵਾਂਗੇ ਪਤਾ ਪੁੱਛਾਂਗੇ ਕੋਈ ਗੱਲਬਾਤ ਕਰਾਂਗੇ ਤੇ ਫੇਰ ਹੀ ਪਤਾ ਲੱਗਦਾ ਹੈ ਕਿ ਇਹ ਆਪਣਾ ਹੈ ਕਿ ਪਰਾਇਆ ਹੈ ਉਸਦੇ ਸੁਭਾਅ ਦਾ ਫੇਰ ਹੀ ਪਤਾ ਲੱਗਦਾ ਹੈ ਜਦੋਂ ਆਪਾਂ ਉਹਦੇ ਨਾਲ ਗੱਲਬਾਤ ਕਰਾਂਗੇ ਤੇ ਇਸ ਤਰ੍ਹਾਂ ਜਦੋਂ ਸਾਨੂੰ ਸੱਚੇ ਪਾਤਸ਼ਾਹ ਜੀ ਨੇ ਉਸ ਬਾਲਕ ਨੂੰ ਕਿਹਾ ਤੇ ਉਹ ਬਾਲਕ ਸਤਿਗੁਰਾਂ ਨੂੰ ਨਮਸਕਾਰ ਕਰਕੇ ਵਾਪਸ ਚਲਿਆ ਗਿਆ ਇਹੀ ਸੰਗਤਾਂ ਫਿਰ ਭਾਈ ਬਾਲਾ ਜੀ ਨੇ ਕੀਤਾ ਸਤਿਗੁਰਾਂ ਨੂੰ ਬੇਨਤੀ ਕੀਤੀ ਮਹਾਰਾਜ ਮੇਰੇ ਮਨ ਦੇ ਵਿੱਚ ਵੀ ਸੰਗਤਾ ਹੈ ਕਿ ਪਹਿਲਾਂ ਤਾਂ ਤੁਸੀਂ ਉਸ ਬਾਲਕ ਨੂੰ ਬੁਲਾ ਲਿਆ ਤੇ ਉਸਦਾ ਪਤਾ ਪੁੱਛਿਆ ਨਾਂ ਪੁੱਛਿਆ ਤੇ ਵਾਪਸ ਭੇਜ ਦਿੱਤਾ ਕੋਈ ਕੰਮ ਨਹੀਂ ਕਿਹਾ ਕੋਈ ਸੇਵਾ ਨਹੀਂ ਲਾਈ ਫਿਰ ਉਸਨੂੰ ਕਿਉਂ ਬੁਲਾਇਆ ਉਹ ਕੌਣ ਹੈ ਬਾਲਕ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਜਦੋਂ ਭਾਈ ਬਾਲਾ ਜੀ ਨੇ ਬੇਨਤੀ ਕੀਤੀ ਤਾਂ ਬੇਨਤੀ ਸੁਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਬਾਲਕ ਕੋਈ ਆਮ ਬਾਲਕ ਨਹੀਂ ਹੈ ਕੋਈ ਸਧਾਰਨ ਬਾਲਕ ਨਹੀਂ ਹੈ ਇਹ ਬੜਾ ਹੀ ਬੁੱਧੀਮਾਨ ਬਾਲਕ ਹੈ ਸ੍ਰੇਸ਼ਟ ਬੁੱਧੀ ਵਾਲਾ ਇਹ ਬਾਲਕ ਹੈ ਸੋ ਇਸਨੇ ਹੁਣ ਕੁਝ ਸਮੇਂ ਦੇ ਵਿੱਚ ਹੀ ਇਸਦੀ ਅਵਸਥਾ ਬਹੁਤ ਉੱਚੀ ਹੋ ਜਾਣੀ ਹੈ ਬ੍ਰਹਮ ਗਿਆਨੀ ਬਣ ਜਾਣਾ ਹੈ ਇਸਨੇ ਮਹਾਂਪੁਰਸ਼ ਬਣ ਜਾਣਾ ਹੈ ਪੂਰਨ ਸੰਤ ਬਣ ਜਾਣਾ ਹੈ ਸੋ ਵਿਕਾਰ ਇਸਨੂੰ ਕਦੇ ਵੀ ਛੂਹ ਨਹੀਂ ਸਕਣਗੇ ਇਹਦੇ ਨੇੜੇ ਵੀ ਨਹੀਂ ਆਉਣਗੇ ਜਦੋਂ ਇਸ ਤਰ੍ਹਾਂ ਸਤਿਗੁਰਾਂ ਨੇ ਕਿਹਾ ਤੇ ਬਾਲਾ ਜੀ ਨੇ ਕਿਹਾ ਕਹਿਣ ਲੱਗੇ ਕਿ ਮਹਾਰਾਜ ਜੀ ਇਸਨੇ ਪੂਰਨ ਸੰਤ ਬਣ ਜਾਣਾ ਹੈ ਬ੍ਰਹਮ ਗਿਆਨੀ ਇੰਨੀ ਉੱਚੀ ਅਵਸਥਾ ਦਾ ਬਾਲਕ ਇਸਨੇ ਜੋ ਬਣਨਾ ਹੈ ਫਿਰ ਇਸਨੇ ਸੰਤਾ ਕਿਉਂ ਕੀਤਾ ਸੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਹਜੇ ਇਸਨੂੰ ਅੰਦਰ ਇਸਦੇ ਗਿਆਨ ਨਹੀਂ ਹੋਇਆ ਪ੍ਰਕਾਸ਼ ਨਹੀਂ ਹੋਇਆ ਹਜੇ ਸੋ ਜਿਸ ਤਰ੍ਹਾਂ ਇੱਕ ਦੀਵਾ ਹੈ ਉਸਦੇ ਵਿੱਚ ਤੇਲ ਵੀ ਪਾਇਆ ਹੋਇਆ ਹੈ ਬੱਤੀ ਵੀ ਹੈ ਪਰ ਹਜੇ ਅੱਗ ਲਾਉਣ ਦੀ ਦੇਰੀ ਹੈ ਲਾਟ ਜਗਾਉਣ ਦੀ ਦੇਰੀ ਹੈ ਤੇ ਕਹਿੰਦੇ ਜਦੋਂ ਇਸਦੇ ਅੰਦਰ ਲਾਟ ਜਗ ਪਈ ਪ੍ਰਕਾਸ਼ ਹੋ ਗਿਆ ਤੇ ਫਿਰ ਤੁਸੀਂ ਦੇਖਣਾ ਤੇ ਭਾਈ ਬਾਲਾ ਜੀ ਕਹਿਣ ਲੱਗੇ ਕਿ ਮਹਾਰਾਜ ਉਹ ਕਿੰਨਾ ਕੁ ਟਾਈਮ ਲੱਗੇਗਾ ਕਦੋਂ ਕੋ ਇਹ ਬ੍ਰਹਮ ਗਿਆਨੀ ਬਣਨਗੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਬਸ ਸਾਡੇ ਨਾਲ ਮਿਲਣ ਦੀ ਦੇਰੀ ਸੀ ਉਹ ਹੁਣ ਉਸਨੂੰ ਜਾਗ ਲੱਗ ਗਈ ਹੈ ਬਸ ਸਾਡੇ ਨਾਲ ਮਿਲਣਾ ਸੀ ਇੰਨੀ ਕੀ ਦੇਰੀ ਸੀ ਉਹ ਦੇਰੀ ਹੁਣ ਮਿਟ ਗਈ ਹੈ ਹੁਣ ਜਦੋਂ ਇਹ ਕਦਮ ਬਾਲਕ ਦੁਆਰੇ ਇੱਥੇ ਆਏਗਾ ਤੇ ਫਿਰ ਤੁਸੀਂ ਦੇਖਣਾ ਤੇ ਜਦੋਂ ਉਹ ਬਾਲਕ ਫਿਰ ਦੂਸਰੇ ਦਿਨ ਸਤਿਗੁਰਾਂ ਦੇ ਪਾਸ ਜਾਗ ਲੱਗ ਗਈ ਅੰਦਰ ਤੇ ਘਰੋਂ ਕੁਝ ਭੇਟਾ ਲੈ ਕੇ ਸਤਿਗੁਰਾਂ ਦੇ ਪਾਸ ਇੱਕ ਵੱਡਾ ਭਾਂਡਾ ਮੱਖਣ ਦਾ ਕੁੱਜਾ ਇੱਕ ਭਰਿਆ ਹੋਇਆ ਸਤਿਗੁਰਾਂ ਦੇ ਪਾਸ ਬਿਨਾਂ ਦੱਸੇ ਤੋਂ ਮਾਤਾ ਪਿਤਾ ਨੂੰ ਬਿਨਾਂ ਦੱਸੇ ਤੋਂ ਲੈ ਗਿਆ ਤੇ ਸਤਿਗੁਰਾਂ ਨੂੰ ਆ ਕੇ ਭੇਟਾ ਕੀਤਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮੁਸਕਰਾਏ ਤੇ ਕਹਿਣ ਲੱਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿ ਇਹ ਤੂੰ ਕਿੱਥੋਂ ਲੈ ਕੇ ਆਇਆ ਹੈ ਕਿਵੇਂ ਲੈ ਕੇ ਆਇਆ ਹੈ ਤਾਂ ਉਹ ਬਾਲਕ ਕਹਿਣ ਲੱਗਿਆ ਕਿ ਇਹ ਮੈਂ ਆਪਣੇ ਘਰੋਂ ਤੁਹਾਡੇ ਵਾਸਤੇ ਇਹ ਭੇਟਾ ਲੈ ਕੇ ਆਇਆ ਹਾਂ ਕਿਉਂਕਿ ਮੈਂ ਸੁਣਿਆ ਹੈ ਕਿ ਜਦੋਂ ਵੀ ਕਿਸੇ ਪੂਰਨ ਸਾਧੂ ਕੋਲੇ ਪੂਰਨ ਗੁਰੂ ਕੋਲੇ ਮਹਾਤਮਾ ਕੋਲੇ ਜਾਈਏ ਤਾਂ ਖਾਲੀ ਹੱਥ ਨਹੀਂ ਜਾਣਾ ਚਾਹੀਦਾ ਸੋ ਆਪ ਜੀ ਦੇ ਲਈ ਇਹ ਮੈਂ ਭੇਟਾ ਲੈ ਕੇ ਆਇਆ ਹਾਂ ਸੋ ਮਾਤਾ ਪਿਤਾ ਨੂੰ ਦੱਸੇ ਤੋਂ ਬਿਨਾਂ ਹੀ ਮੈਂ ਇਹ ਭੇਟਾ ਆਪ ਜੀ ਦੇ ਲਈ ਲੈ ਆਇਆ ਹਾਂ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਕਿ ਤੂੰ ਹਜੇ ਤੇਰੀ ਛੋਟੀ ਉਮਰ ਹੈ ਛੋਟਾ ਬੱਚਾ ਹੈ ਹਜੇ ਤੱਕ ਤੂੰ ਮਾਤਾ ਪਿਤਾ ਦੇ ਅਧੀਨ ਹੈ ਤੇ ਉਹਨਾਂ ਨੂੰ
ਬਿਨਾ ਦੱਸੇ ਤੋਂ ਪੁੱਤਰੀ ਇਹ ਲੈ ਕੇ ਆਇਆ ਹੈ ਤੇਰੀ ਭੇਟਾ ਸਾਨੂੰ ਪ੍ਰਵਾਨ ਹੋ ਗਈ ਹੈ ਪਰ ਇਸ ਨੂੰ ਤੂੰ ਵਾਪਸ ਲੈ ਜਾ ਜੇ ਤੇਰੇ ਮਾਤਾ ਪਿਤਾ ਨੂੰ ਪਤਾ ਲੱਗੇਗਾ ਤਾਂ